ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਇੱਕ ਸ਼ਖਸ ਪੈਦਲ ਸੜਕ ਨੂੰ ਕ੍ਰੋਸ ਕਰ ਰਿਹਾ ਸੀ ਤਾਂ ਇਹਨੇ ਨੂੰ ਇਨੋਵਾ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਇੱਕਦਮ ਬ੍ਰੇਕ ਲੱਗੇ, ਆਲੇ ਦੁਆਲੇ ਇਕੱਠ ਹੋ ਗਿਆ ਔਰ ਇਹ ਸ਼ਖਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਠਾਨਕੋਟ ਦੇ ਢਾਕੀ ਰੋਡ 'ਤੇ ਇਹ ਹਾਦਸਾ ਹੋਇਆ। ਬੇਕਾਬੂ ਹੋਈ ਇੱਕ ਇਨੋਵਾ ਕਾਰ ਨੇ ਸੜਕ ਪਾਰ ਕਰ ਰਹੇ ਸ਼ਖਸ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਹਵਾ ਦੇ ਵਿੱਚ ਉੱਛਲ ਕੇ ਕਾਰ ਦੇ ਅੱਗੇ ਜਾ ਕੇ ਇਹ ਸ਼ਖਸ ਡਿੱਗ ਪਿਆ। ਪੂਰੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਮੌਕੇ 'ਤੇ ਸਥਾਨਕ ਲੋਕਾਂ ਨੇ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਵੀ ਪਹੁੰਚ ਗਏ। ਇਨੋਵਾ ਕਾਰ ਬਹੁਤ ਜ਼ਿਆਦਾ ਤੇਜ਼ ਸੀ ਅਤੇ ਉਹ ਰੋਂਗ ਸਾਈਡ ਤੋਂ ਕਿਸੇ ਗੱਡੀ ਨੂੰ ਕ੍ਰੋਸ ਕਰਨ ਲੱਗੀ ਤਾਂ ਸੜਕ ਪਾਰ ਕਰਦੇ ਇੱਕ ਵਿਅਕਤੀ ਨੂੰ ਉਡਾ ਦਿੱਤਾ। ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਮੌਕੇ 'ਤੇ ਲੋਕਾਂ ਨੇ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਫਿਲਹਾਲ ਇਨੋਵਾ ਕਾਰ ਕਬਜ਼ੇ ਦੇ ਵਿੱਚ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਭਈਆ ਓਵਰ ਸਪੀਡਿੰਗ 'ਤੇ ਆਇਆ ਬੜੀ ਤੇਜ਼, ਪਹਿਲੇ ਇਹਨੇ ਮੈਨੂੰ ਚੁੱਕਣਾ ਸੀ, ਫਿਰ ਇਹਨੇ ਪਹਿਲੇ ਬੰਦਾ ਚੁੱਕਿਆ, ਫਿਰ ਇਹਨੇ ਮੈਨੂੰ ਚੁੱਕਣਾ ਸੀ, ਫਿਰ ਅੱਗੇ ਦੋ ਤਿੰਨ ਬੰਦਿਆਂ ਨੂੰ ਹੋਰ ਚੁੱਕਣਾ ਸੀ ਇਹਨੇ। ਐਕਸੀਡੈਂਟ ਮੌਕੇ ਸਿਰ ਆਪਾਂ ਆ ਗਏ ਹਾਂ, ਖੜੋ ਗਏ ਨਾ ਲਾਗੇ, ਉਹ ਬੰਦੇ ਨੂੰ ਹੁਣ ਅਸੀਂ ਹੋਸਪਿਟਲ ਪਹੁੰਚਾ ਦਿੱਤਾ। ਬੰਦੇ ਦੀ ਹਾਲਤ ਕਿਵੇਂ ਦੀ ਹੈ? ਬੰਦੇ ਦੀ ਹਾਲਤ ਸੀਰੀਅਸ ਹੈਗੀ ਹੈ। ਇਹ ਗੱਲ ਜੀ ਇਸ ਤਰ੍ਹਾਂ ਦੀ, ਅਸੀਂ PCR 12 'ਤੇ ਮੇਰੀ ਡਿਊਟੀ ਹੈ, ਅਸੀਂ ਇੱਥੋਂ ਲੰਘ ਰਹੇ ਸੀਗੇ, ਇੱਕ ਇਨੋਵਾ ਗੱਡੀ ਦਾ ਇੱਕ ਪੈਦਲ ਸੀਗਾ ਬੰਦਾ, ਉਹਦਾ ਐਕਸੀਡੈਂਟ ਹੋਇਆ ਵਾ, ਜਿਹਨੂੰ ਕਿ ਸੱਟ ਲੱਗੀ ਆ, ਉਹਦਾ ਨਾਂ ਗਣੇਸ਼ ਸਿੰਘ ਆ, ਜਿਹਨੂੰ ਸਿਵਲ ਹੋਸਪਿਟਲ ਐਡਮਿਟ ਕਰਵਾ ਦਿੱਤਾ। ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆਪਣੇ ਕੋਲ। ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਇੱਕ ਸ਼ਖਸ ਪੈਦਲ ਸੜਕ ਨੂੰ ਕ੍ਰੋਸ ਕਰ ਰਿਹਾ ਸੀ ਤਾਂ ਇਹਨੇ ਨੂੰ ਇਨੋਵਾ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਇੱਕਦਮ ਬ੍ਰੇਕ ਲੱਗੇ, ਆਲੇ ਦੁਆਲੇ ਇਕੱਠ ਹੋ ਗਿਆ ਔਰ ਇਹ ਸ਼ਖਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਠਾਨਕੋਟ ਦੇ ਢਾਕੀ ਰੋਡ 'ਤੇ ਇਹ ਹਾਦਸਾ ਹੋਇਆ। ਬੇਕਾਬੂ ਹੋਈ ਇੱਕ ਇਨੋਵਾ ਕਾਰ ਨੇ ਸੜਕ ਪਾਰ ਕਰ ਰਹੇ ਸ਼ਖਸ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਹਵਾ ਦੇ ਵਿੱਚ ਉੱਛਲ ਕੇ ਕਾਰ ਦੇ ਅੱਗੇ ਜਾ ਕੇ ਇਹ ਸ਼ਖਸ ਡਿੱਗ ਪਿਆ। ਪੂਰੀ ਘਟਨਾ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਮੌਕੇ 'ਤੇ ਸਥਾਨਕ ਲੋਕਾਂ ਨੇ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਵੀ ਪਹੁੰਚ ਗਏ। ਇਨੋਵਾ ਕਾਰ ਬਹੁਤ ਜ਼ਿਆਦਾ ਤੇਜ਼ ਸੀ ਅਤੇ ਉਹ ਰੋਂਗ ਸਾਈਡ ਤੋਂ ਕਿਸੇ ਗੱਡੀ ਨੂੰ ਕ੍ਰੋਸ ਕਰਨ ਲੱਗੀ ਤਾਂ ਸੜਕ ਪਾਰ ਕਰਦੇ ਇੱਕ ਵਿਅਕਤੀ ਨੂੰ ਉਡਾ ਦਿੱਤਾ। ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਮੌਕੇ 'ਤੇ ਲੋਕਾਂ ਨੇ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਫਿਲਹਾਲ ਇਨੋਵਾ ਕਾਰ ਕਬਜ਼ੇ ਦੇ ਵਿੱਚ ਲਈ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਭਈਆ ਓਵਰ ਸਪੀਡਿੰਗ 'ਤੇ ਆਇਆ ਬੜੀ ਤੇਜ਼, ਪਹਿਲੇ ਇਹਨੇ ਮੈਨੂੰ ਚੁੱਕਣਾ ਸੀ, ਫਿਰ ਇਹਨੇ ਪਹਿਲੇ ਬੰਦਾ ਚੁੱਕਿਆ, ਫਿਰ ਇਹਨੇ ਮੈਨੂੰ ਚੁੱਕਣਾ ਸੀ, ਫਿਰ ਅੱਗੇ ਦੋ ਤਿੰਨ ਬੰਦਿਆਂ ਨੂੰ ਹੋਰ ਚੁੱਕਣਾ ਸੀ ਇਹਨੇ। ਐਕਸੀਡੈਂਟ ਮੌਕੇ ਸਿਰ ਆਪਾਂ ਆ ਗਏ ਹਾਂ, ਖੜੋ ਗਏ ਨਾ ਲਾਗੇ, ਉਹ ਬੰਦੇ ਨੂੰ ਹੁਣ ਅਸੀਂ ਹੋਸਪਿਟਲ ਪਹੁੰਚਾ ਦਿੱਤਾ। ਬੰਦੇ ਦੀ ਹਾਲਤ ਕਿਵੇਂ ਦੀ ਹੈ? ਬੰਦੇ ਦੀ ਹਾਲਤ ਸੀਰੀਅਸ ਹੈਗੀ ਹੈ। ਇਹ ਗੱਲ ਜੀ ਇਸ ਤਰ੍ਹਾਂ ਦੀ, ਅਸੀਂ PCR 12 'ਤੇ ਮੇਰੀ ਡਿਊਟੀ ਹੈ, ਅਸੀਂ ਇੱਥੋਂ ਲੰਘ ਰਹੇ ਸੀਗੇ, ਇੱਕ ਇਨੋਵਾ ਗੱਡੀ ਦਾ ਇੱਕ ਪੈਦਲ ਸੀਗਾ ਬੰਦਾ, ਉਹਦਾ ਐਕਸੀਡੈਂਟ ਹੋਇਆ ਵਾ, ਜਿਹਨੂੰ ਕਿ ਸੱਟ ਲੱਗੀ ਆ, ਉਹਦਾ ਨਾਂ ਗਣੇਸ਼ ਸਿੰਘ ਆ, ਜਿਹਨੂੰ ਸਿਵਲ ਹੋਸਪਿਟਲ ਐਡਮਿਟ ਕਰਵਾ ਦਿੱਤਾ। ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆਪਣੇ ਕੋਲ।